ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਆ ਜਿਹ ਮਿੱਠੇ ਸਭ ਦੁੱਖ ਜਾਹੇ ਤੇਗ ਬਹਾਦਰ ਸਿਮਰਿਆ ਕਰਨਾਉਣ ਦਾ ਵੈ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਨੇ ਜੋਤ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਦੀ ਲਾਦ ਰੱਖਣਾ ਮਹਾਰਾਜ ਇਸ ਵਕਤ ਖੁੱਲ੍ਹੇ ਪੰਡਾਲਾਂ ਵਿੱਚ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਇਸ ਵਕਤ ਆਪ ਜੀ ਨੇ ਹਜ਼ੂਰੀ ਅੰਦਰ ਰਲ ਮਿਲ ਕਰਕੇ ਬੈਰਾਗਮਈ ਕੀਰਤਨ ਹੋਏ ਹਨ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਵਕਤ ਦੀ ਹਾਜ਼ਰੀ ਪ੍ਰਵਾਨ ਕਰੋ ਜੀ ਆਈਆਂ ਸੰਗਤਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖ ਵਿੱਚ ਲਾਓ ਤਾਂ ਲਿਖ ਲਪੇਟਾ ਪ੍ਰਵਾਨ ਕਰੋ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਹਿਸਾ ਕੇ ਪਹਿਨਾਏ ਗਏ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜ੍ਹਦੇ ਕੱਜਣੇ ਮਹਾਰਾਜ ਛੇ ਪੌੜੀ ਆਨੰਦ ਸਾਹਿਬ ਦੀ ਅਰਦਾਸ ਪੁੰਜਕ ਮਾਫ ਆਪ ਜੀ ਨੇ ਹਜ਼ੂਰੀ ਅੰਦਰ ਪੰਚਮ ਸ੍ਰੀ ਕੜਾਹ ਪ੍ਰਸਾਦੀ ਦੇ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਕਰੋ ਜੀ ਭੋਗ ਲਾਵੋ ਆਪ ਜੀਆਂ ਦਾ ਸੀਤ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਾ ਹੋਵੇ ਜੋ ਵੀ ਸਕੇ ਆਪ ਜੀਆਂ ਦਾ ਨਾਮ ਵਾਹਿਗੁਰੂ 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 ਜਪੇ ਜੀ ਦਰਗਾਹੀ ਹੁਕਮਨਾਮਾ ਸਾਹਿਬ ਬਖਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਵੇਲਿਆਂ ਤੇਰਾ ਨਾਮ ਦਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਿਗੁਰ ਪ੍ਰਸਾਦ
ਸ੍ਰੀ ਮਹਲਾ ਨੌਵਾਂ ਕਾਹੇ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਤਿਗੁਰੂ ਦਾ ਭਾਣਾ ਮੰਨਦੇ ਹੋਏ ਸਤਿਕਾਰਯੋਗ ਬੀਬੀ ਰਾਜਵਿੰਦਰ ਕੌਰ ਜੀ ਜਿਹੜੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਵਿੱਚ ਇਕੱਤਰ ਹੋਇਆ ਸਤਿਕਾਰਯੋਗ ਮਹਾਂਪੁਰਸ਼ਾਂ ਵੱਲੋਂ ਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਹੁਣ ਮੈਂ ਬੇਨਤੀ ਕਰੂੰਗਾ, ਸਰਦਾਰ ਨੇਤਰ ਸਿੰਘ ਜੀ ਨਾਗਰਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਔਰ ਇਸ ਪਰਿਵਾਰ ਦੇ ਨਾਲ ਉਹਨਾਂ ਦਾ ਬੜਾ ਪਿਆਰ ਆ, ਉਹ ਦੋ ਤਿੰਨ ਮਿੰਟ ਲਈ ਚਾਰ ਸ਼ਬਦ ਬੋਲਣਗੇ। ਮੈਂ ਬੇਨਤੀ ਕਰੂੰਗਾ ਸਾਰੀਆਂ ਸੰਗਤਾਂ ਨੂੰ, ਬਹੁਤਾ ਸਮਾਂ ਹੈ ਨਹੀਂ, ਹੋਰ ਬੁਲਾਰੇ ਬੱਡਾ ਸਾਹਿਬ ਕਾਫੀ ਬੈਠੇ ਆ, ਅਤੇ ਮੈਂ ਬੀਬੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਹਰ ਵਕਤ ਆਪਾਂ ਨੂੰ ਪਰਮਾਤਮਾ ਅੱਲਾ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ। ਸੱਚੇ ਪਾਤਸ਼ਾਹ ਕਹਿੰਦੇ ਔਰ ਕਾਜ ਤੇਰੇ ਕਿਸੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਆਖਰੀ 'ਚ ਫਿਰ ਮੈਂ ਫਤਿਹ ਬੁਲਾਉਂਦਾ ਹੋਇਆ ਮਾਫ਼ੀ ਮੰਗਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅਰਦਾਸ ਕਰ ਸੱਚੇ ਪਾਤਸ਼ਾਹ ਪਰਿਵਾਰ 'ਤੇ ਮਿਹਰ ਪ੍ਰਿਆਤ ਰੱਖੀ, ਅੱਗੇ 'ਤੇ ਕੋਈ ਬਿਰਤਾ ਦੀ ਘੜੀ ਨਾ ਆਵੇ, ਚੜ੍ਹਦੀ ਗਲਾਂ 'ਚ ਰਹਿਣ, ਇਹ ਜਿਹੜਾ ਦੁੱਖ ਪਿਆ ਇਹਨੂੰ ਕੱਟਣ ਦਾ ਜਬਲ ਬਖਸ਼ੀ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿੰਨੀਆਂ ਵੀ ਦੁੱਖ ਦੀ ਘੜੀ ਸਰਬੰਸ ਸਾਹਿਬ ਦੇ ਨਾਲ ਆਈਆਂ ਨੇ, ਕਿਉਂਕਿ ਸੰਗਤਾਂ ਦੇ ਆਉਣ ਦੇ ਨਾਲ ਪਿਆਰ ਵੱਧ ਜਾਂਦਾ ਅਤੇ ਦੁੱਖ ਘੱਟ ਜਾਂਦਾ। ਅੱਜ ਦੋ ਘੜੀ ਜਿਸ ਆਪਾਂ ਇਹਦੇ ਨਾਲ ਬੈਠੇ ਹਾਂ, ਸਰਪੰਚ ਸਾਹਿਬ ਨੂੰ ਅਤੇ ਇਹਨਾਂ ਦੇ ਭਰਾ ਨੂੰ ਹੌਸਲਾ ਹੈ, ਇੱਦਾਂ ਹੀ ਬੈਗ ਨੂੰ ਕਿਰਪਾ ਕਰੇ ਕਿ ਪਰਿਵਾਰ 'ਤੇ ਮਿਹਰ ਪ੍ਰਿਆਤ ਰੱਖੇ। ਸਾਰਿਆਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਹਿੰਮਤਗੜ੍ਹ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਤਿਕਾਰਯੋਗ ਰਾਜਵਿੰਦਰ ਕੌਰ ਜੀ, ਜਿਹੜੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਧਾਲੀਵਾਲ ਔਰ ਸਰਦਾਰ ਬਲਪ੍ਰੀਤ ਸਿੰਘ ਜੀ ਧਾਲੀਵਾਲ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸੀ, ਅਤੇ ਅੱਜ ਉਹਨਾਂ ਦੇ ਦਿਹਾਂਤ 'ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਲਈ ਔਰ ਉਹਨਾਂ ਦੀ ਅੰਤਮ ਅਰਦਾਸ ਵਿੱਚ ਅਸੀਂ ਪਹੁੰਚੇ ਹਾਂ। ਅਤੇ ਅੱਜ ਇਲਾਕੇ ਦੀਆਂ ਸਿਆਸੀ ਗੈਰ ਸਿਆਸੀ ਧਾਰਮਿਕ ਸ਼ਖਸੀਅਤਾਂ ਪਿੰਡ ਹਿੰਮਤਗੜ੍ਹ ਵਿਖੇ ਸਤਿਕਾਰਯੋਗ ਬੀਬੀ ਰਾਜਵਿੰਦਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਲਈ ਪਹੁੰਚੇ ਹਾਂ। ਅਸੀਂ ਪਰਮਾਤਮਾ ਪਾਸੋਂ ਅਰਦਾਸ ਕਰਦੇ ਹਾਂ ਸਤਿਗੁਰੂ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਅਤੇ ਪਰਿਵਾਰ ਨੂੰ ਸਰਪੰਚ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਧਾਲੀਵਾਲ ਔਰ ਸਰਦਾਰ ਬਲਪ੍ਰੀਤ ਸਿੰਘ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮਾਂ ਪਿਓ ਦਾ ਜਿਹੜਾ ਘਾਟਾ ਹੁੰਦਾ ਪੂਰਾ ਹੋ ਨਹੀਂ ਸਕਦਾ, ਫਿਰ ਵੀ ਮਹਾਰਾਜ ਦੇ ਕਹਿਣ ਅਨੁਸਾਰ ਤੇਰਾ ਭਾਣਾ ਮਿੱਠਾ ਲੱਗੇ, ਜੋ ਵੀ ਉਹਨਾਂ ਦੀ ਦਿੱਤੀਆਂ ਹੋਈਆਂ ਸਿੱਖਿਆ ਹੈ ਉਹਨਾਂ ਨੂੰ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ I'm
Let's go to the
अपना
सब कोई आई वारी है जिसके जी प्राण है क्यों साहेब मनोहर सारी है सतनाम सब नाम मरना आया के चोड़ा सब नाए पुछो जाए सियाने अगे मिलने के नाए जब तुम साफर खाना है 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 Oh, baby,
हरे कर मुनजन सेवा जीवत पेखे जिन हर हर त्याया साध संग तिन दर्शन पानी तेरा देह सुमना पर ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੀ ਆਤਮ ਸ਼ਾਂਤੀ ਲਈ ਉਹਨਾਂ ਦੇ ਪਰਿਵਾਰ ਨੇ ਸਪੁੱਤਰਾਂ ਨੇ ਕਈ ਦਿਨਾਂ ਤੋਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਓਟ ਆਸਰਾ ਲੈਣਾ ਕੀਤਾ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ ਸ੍ਰੀ ਸਹਿਜ ਪਾਠਾਂ ਦੇ ਬਾਣੀ ਪੜ੍ਹ ਕੇ ਭੋਗ ਪਾਏ ਗਏ ਨੇ ਖੁੱਲ੍ਹੇ ਪੰਡਾਲਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਹੋ ਚੁੱਕੇ ਨੇ ਆਪ ਸੰਗਤਾਂ ਦੂਰੋਂ ਨੇੜਿਆਂ ਆ ਕੇ ਹਾਜ਼ਰੀਆਂ ਲਵਾ ਰਹੇ ਹੋ ਹਰੀ ਰਸ ਕੀਰਤਨ ਦੀ ਹਾਜ਼ਰੀ ਮਹਾਰਾਜ ਦੇ ਚਰਨਾਂ ਵਿੱਚ ਲਵਾਈ ਗਈ ਹੈ ਗੁਰਬਾਣੀ ਨਾਲ ਜੁੜਨ ਦਾ ਮਤਲਬ ਹੈ ਆਤਮ ਸ਼ਾਂਤੀ ਪ੍ਰਾਪਤ ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਲੈਣਾ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਸਤਿਗੁਰ ਦੀ ਬਾਣੀ ਦਾ ਹੀ ਸਹਾਰਾ ਲੈਣਾ ਹੈ ਕਥਾ ਕੀਰਤਨ ਵਿਚਾਰ ਦੁਆਰਾ ਸਾਡਾ ਮਨ ਜੁੜਦਾ ਹੈ ਜੁੜਿਆ ਮਨ ਸਾਡੇ ਦੁਰਗਾ ਜੀ ਹਾਜ਼ਰੀ ਪ੍ਰਵਾਨ ਹੁੰਦੀ ਹੈ ਮਨ ਜੁੜ ਜਾਵੇ ਦੁਰਗਾ ਜੀ ਹਾਜ਼ਰੀ ਹੈ ਇਸ ਕਰਕੇ ਜਿੰਨੇ ਵੀ ਆਪਾਂ ਸਾਰੇ ਜੁੜਨ ਜੁੜੇ ਆ ਰਹੇ ਹਾਂ ਮਾਰਨ ਨਮਸਕਾਰ ਕਰਕੇ ਜਲ ਪਾਣੀ ਪ੍ਰਸ਼ਾਦਾ ਜੋ ਵਰਤ ਰਿਹਾ ਹੈ ਪਹਿਲਾਂ ਜਲ ਪਾਣੀ ਪ੍ਰਸ਼ਾਦਾ ਛਕੋ ਉਸ ਤੋਂ ਉਪਰੰਤ ਗੁਰੂ ਚਰਨਾਂ ਵਿੱਚ ਆ ਕੇ ਜੁੜ ਬੈਠਣ ਦੇ ਖੇਤਰ ਕਰੀਏ ਭਾਵੇਂ ਗਰਮੀ ਬਹੁਤ ਹੈ ਫਿਰ ਵੀ ਪਰਿਵਾਰ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਦਰਬਾਰ ਦੇ ਵਿੱਚ ਆ ਕੇ ਪੰਡਾਲ ਵਿੱਚ ਸੱਜਣ ਦੀ ਕਿਰਪਾਲਤਾ ਕਰੋ ਸਾਰੇ ਆਪਾਂ ਇਸ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਵਾਈਏ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹ ਸਾਰੇ ਪਿਆਰ ਦਾ ਸਬਰ ਦੇਣਾ ਕਰੋ ਜੀ ਕੱਲੇ ਜਗਿਆ ਇਹਨੇ ਸਦੀਆਂ ਹੀ ਜਾਣਾ ਪੈਂਦਾ ਮੁਦਾਰ ਕੀਤੇ ਆ
सतयुग के समय तो ही इदा ही चलता आ रहा है। जदों तो सृष्टि की सुनते हैं ना भी सतयुग त्रेता के द्वापर कलयुग का समा जो हम चल रहा है, इनू एक चौंकड़ी कहा जाता है। चार युगों की एक चौंकड़ी मनी है। जदों तो फिर की हुंदा है महापलों आउंदी है, तो फिर दोबारा जदों परमेसर फिर दोबारा सृष्टि नूं रचदा है, फिर उन्हां नूं फिर अवतार लेके आना पैंदा है। महाराज कहिंदे एक बार नहीं, शिवजी भगवान भी वार वार इत्थे आउंदे रहिंदे है, राम भगवान जी भी इत्थे वार वार आउंदे है, कृष्ण जी भी आउंदे। तदे मार ने कहा एक सिव पै, एक गए एक फिर पै, चले गए फिर आ गए, चले गए फिर आ गए। रामचंद्र कृष्ण के अवतार भी अनेक हैं, ब्रह्मा और विष्णु केते वेद और पुराण केते, ब्रह्मा जी विष्णु जी वेदा दे रचनहार, पूरी इस संसार दे उपर इस धरती दे उपर आउंदे रहे। ब्रह्मा और विष्णु कीते वेद और पुराण कीते, सिमरत समूह के होए होए भी तय हैं, सिमरतियां दे रचनहार, सिमरतियां दे लिखण वाले भी हो के संसार तो चले गए। मौन दी मदार कीते, असनी कुमार कीते, अंसा अवतार कीते, काल वस पए हैं। पीरो पैगंबर कीते, गने ना परते कीते, किन्नी क वार इत्थे पीर पैगंबर औली अवतार आए, पर भूमि में हो कह फिर भूमि मिले हैं, ये धरती तो हो गए, फिर ये धरती बिचे मिल गए सारे जितने भी पीर पैगंबर औली अवतार आए। सारे वास्ते विधान परमेश्वर का एको ही है, धरती बिचे मिलना पैदा, हर एक खाक के मिलना पैदा है। वह वक्री गल है भी आप अपने धर्म की मर्यादा वक्री है, सारा वक्री है, कोई भावें ये देवी नूं कवर पड़ता है उन्हें दबा दिता है, देवी उन्हें मिट्टी के बिच मिलना है, मिट्टी ने इसको खाना है, भावें अग्नि जला दो, फिर भी इसकी सवाह ही बननी है, खाक ही बननी है। तो महाराज कहते इस धरती से होके सारे धरती में ही मिल गए हैं। जीविकी का विचारा है, ये जीविकी का विचारा है, ये भी उस परमेश्वर के हुक्म के बनिया आता है और वो हुक्म के ही चलिया जाता है। हुक्म है अंदर सब को, बाहर हुक्म ना कोई, हुक्म तो बाहर कोई नहीं है, सारे वो हुक्म चले आ रहे ने, हुक्म के सारे जा रहे ने। ते साध संगत क्योंकि ये वार वार इदा ही हुंदा आ रहा है, कहिंदे जदों ना रावण जी का राम जी दे नाल युद्ध होया लंका दे विच, राम जी इधरों अपनी सेना लैके लंका दे रावण दे नाल युद्ध करन वास्ते गए, उस वक्त हनुमान जी नाल सन ते होर उन्हां दी जो सेना सी सारे नाल ने। कहिंदे कुछ समय बाद जो भी राम जी दे पास कुछ दिन रहना पिया, ते एक दिन की होया लंगर दे विच रस्त समाप्त हो गई, मुक गई, ते हुण कोई पता नहीं है भी युद्ध जंग किन्ना समा चलेगा। राम जी ने हनुमान जी नूं कोल बुलाया, ये इतिहासक वचन है,
ਉਹਨਾਂ ਨੂੰ ਕੋਲ ਬੁਲਾਇਆ, ਕਹਿਣਾ ਕੀਤਾ ਹਨੂੰਮਾਨ ਜੀ ਵੀ ਲੰਗਰ ਦੇ ਵਿੱਚ ਜੋ ਅੰਨ ਦਾਣਾ ਹੈ ਖਤਮ ਹੋ ਚੁੱਕਾ ਹੈ, ਕੋਈ ਪ੍ਰਬੰਧ? ਕਹਿੰਦੇ ਰਾਮ ਜੀ ਨੇ ਆਪਣੇ ਹੱਥ ਦੇ ਵਿੱਚੋਂ ਇੱਕ ਬੜਾ ਕੀਮਤੀ ਮੁਦਰਾ ਸੋਨੇ ਦਾ, ਜਿਹਦੇ ਵਿੱਚ ਹੀਰੇ ਆਦਿਕ ਜੜਤ ਸਨ, ਮੁੰਦਰੇ ਦੇ ਉੱਪਰ ਰਾਮ ਜੀ ਭਗਵਾਨ ਜੀ ਦਾ ਨਾਮ ਲਿਖਿਆ ਹੈ, ਉਹ ਦੇ ਦਿੱਤਾ। ਆ ਲਾਓ ਇਹ ਮੁੰਦਰਾ ਮੇਰਾ ਲੈ ਜਾਓ। ਇਸ਼ਾਰਾ ਕੀਤਾ ਫਲਾਣਾ ਪਹਾੜੀ ਦੇ ਉੱਪਰ, ਪਰਬਤ ਦੇ ਉੱਪਰ ਜਾਣਾ ਹੈ, ਉੱਥੇ ਜਾ ਕੇ ਇੱਕ ਤੁਹਾਨੂੰ ਬਿਰਧ ਮਾਤਾ ਮਿਲੇਗੀ, ਬੜੀ ਬਜ਼ੁਰਗ ਹੈ ਮਾਤਾ, ਬਿਰਧ ਹੈ, ਉਹ ਮਿਲੇਗੀ। ਉਸ ਨੂੰ ਜਾ ਕੇ ਕਹਿ ਦੇਣਾ ਵੀ ਮਾਤਾ ਮੈਂ ਰਾਮ ਜੀ ਨੇ ਭੇਜਣਾ ਕੀਤਾ ਮੈਨੂੰ, ਅਤੇ ਰਾਮ ਜੀ ਦਾ ਰਾਵਣ ਦੇ ਨਾਲ ਯੁੱਧ ਹੋ ਰਿਹਾ ਹੈ ਅਤੇ ਲੰਗਰ ਜਿਹੜੇ ਨੇ ਮਸਤਾਨੇ ਹੋ ਚੁੱਕੇ ਹਨ, ਇਸ ਵਾਸਤੇ ਮੈਨੂੰ ਕੁਝ ਰਸਤ ਦੇ। ਕਹਿੰਦੇ ਉਹ ਮਾਤਾ ਇੱਕ ਚੱਕੀ ਪੀਸ ਰਹੀ ਹੈ। ਇਹ ਸਾਧ ਸੰਗਤ ਚੱਕੀ ਪੀਸ ਰਹੀ ਸੀ, ਹਨੂੰਮਾਨ ਜੀ ਕੋਲ ਖੜ ਗਏ, ਇਹ ਵਚਨ ਕੀਤਾ ਮਾਤਾ ਮੈਨੂੰ ਰਾਮ ਜੀ ਨੇ ਭੇਜਣਾ ਕੀਤਾ, ਯੁੱਧ ਹੋ ਰਿਹਾ ਹੈ ਰਾਵਣ ਜੀ ਦੇ ਨਾਲ ਅਤੇ ਰਸਤ ਖਤਮ ਹੈ ਅਤੇ ਤੁਸੀਂ ਮੈਨੂੰ ਰਸਤ ਦਿਓ, ਤੁਹਾਡੇ ਕੋਲੋਂ ਮੈਂ ਰਸਤ ਲੈਣ ਵਾਸਤੇ ਆਇਆ। ਉਹਨਾਂ ਨੇ ਭੇਜਿਆ, ਆਹ ਵੇਖੋ ਮੇਰੇ ਪਾਸ ਉਹਨਾਂ ਦੀ ਨਿਸ਼ਾਨੀ ਇੱਕ ਮੁੰਦਰਾ ਹੈ, ਇਹ ਮੁੰਦਰਾ ਮੇਰੇ ਪਾਸ 'ਤੇ ਲੈ ਲਓ ਅਤੇ ਤੁਸੀਂ ਮੈਨੂੰ ਰਸਤ ਦੇ ਦਿਓ। ਉਹ ਮਾਈ ਕਹਿਣ ਲੱਗੀ, ਬਿਰਧ ਮਾਤਾ ਕਹਿਣ ਲੱਗੀ ਚੱਕੀ ਪੀਸ ਦੀ, ਕਹਿਣ ਲੱਗੀ ਵੀ ਆਹ ਸਾਹਮਣੇ ਵੇਖ ਇੱਕ ਗੁਫਾ ਸੀ, ਗੁਫਾ ਦੇ ਨਾਲ ਇੱਕ ਬਹੁਤ ਭਾਰਾ ਪੱਥਰ ਦਰਵਾਜ਼ਾ ਲੱਗਿਆ ਸੀ। ਕਹਿਣ ਲੱਗੀ ਆਹ ਦਰਵਾਜ਼ਾ ਪਿੱਛੇ ਹਟਾ ਕੇ ਨਾ ਗੁਫਾ ਵਿੱਚ ਵੜ ਜਾਓ ਅਤੇ ਉੱਥੇ ਆ ਮੁੰਦਰਾ ਰੱਖ ਆਓ ਅਤੇ ਆ ਕੇ ਮੇਰੇ ਕੋਲੋਂ ਰਸਤ ਪਵਾ ਲਓ। ਸਤਿਵਚਨ ਅਤੇ ਉਹਨਾਂ ਨੇ ਉੱਦਾਂ ਹੀ ਕੀਤਾ, ਗਏ ਗੁਫਾ ਦੇ ਵਿੱਚ ਜਾ ਕੇ। ਉਹ ਮੁੰਦਰਾ ਜਦੋਂ ਸਿੱਟਣਾ ਕੀਤਾ, ਕੀ ਵੇਖਦੇ ਨੇ, ਥੱਲੇ ਝੁੱਕ ਕੇ ਵੇਖਿਆ ਅਤੇ ਉੱਥੇ ਬਹੁਤ ਸਾਰੇ ਮੁੰਦਰੇ, ਉਹਦੇ ਨਾਲ ਦੇ ਮੁੰਦਰੇ ਹੀ ਪਏ ਹਨ। ਇਕੱਲੇ ਇਕੱਲੇ ਨੂੰ ਚੁੱਕ ਕੇ ਹਨੂੰਮਾਨ ਜੀ ਵੇਖਦੇ ਆ, ਹਰ ਇੱਕ ਮੁੰਦਰੇ ਦੇ ਉੱਪਰ ਹਨੂੰਮਾਨ ਜੀ ਦਾ ਨਾਮ, ਆਪਣੇ ਰਾਮ ਜੀ ਦਾ ਨਾਮ ਲਿਖਿਆ ਹੈ, ਉੱਦਾਂ ਦੇ ਮੁੰਦਰੇ ਹਨ। ਇਉਂ ਪ੍ਰਤੀਤ ਹੋਇਆ ਵੀ ਸਾਰੇ ਮੁੰਦਰੇ ਰਾਮ ਜੀ ਦੇ ਹਨ। ਹੈਰਾਨੀ ਦੇ ਵਿੱਚ ਆ ਗਏ ਵੀ ਇੰਨੇ ਮੁੰਦਰੇ ਇੱਥੇ ਆ ਕਿਵੇਂ ਗਏ। ਉਹ ਮੁੰਦਰਾ ਸਿੱਟ ਦਿੱਤਾ, ਉਦੇ ਫਿਰ ਦਰਵਾਜ਼ਾ ਲਾ ਦਿੱਤਾ, ਉਸ ਮਾਤਾ ਦੇ ਕੋਲ ਆਏ। ਮਾਤਾ ਕਹਿੰਦੀ ਭਾਈ ਕੱਪੜਾ ਕਰ, ਅੱਗੇ ਕਰ ਅਤੇ ਤੈਨੂੰ ਰਸਤ ਦੇ ਦਿੰਦੇ ਹਾਂ। ਉਹ ਕਹਿੰਦਾ ਮਾਤਾ ਰਸਤਾ ਮੈਂ ਲੈ ਜਾਵਾਂਗਾ, ਪਰ ਮੇਰੇ ਮਨ ਦੇ ਅੰਦਰ ਇੱਕ ਸ਼ੰਕਾ ਹੈ। ਉਹ ਕਹਿਣ ਲੱਗੀ ਸ਼ੰਕਾ? ਤੂੰ ਰਾਮ ਜੀ ਦੇ ਨਾਲ ਰਹਿੰਦਾ ਹੈ, ਤੇਰੇ ਮਨ ਵਿੱਚ ਸ਼ੰਕਾ ਕਿਸ ਗੱਲ ਦੀ ਹੋ ਗਈ? ਇਹ ਸ਼ੰਕਾ ਤਾਂ ਹੋਣਾ ਨਹੀਂ ਚਾਹੀਦਾ, ਤੂੰ ਰਾਮ ਭਗਵਾਨ ਹੈ, ਰਾਮ ਜੀ ਦੇ ਨਾਲ ਰਹਿੰਦਾ ਹੈ, ਅਤੇ ਸ਼ੰਕਾ ਕਿਵੇਂ ਹੋ ਗਈ? ਉਹ ਕਹਿੰਦਾ ਮਾਤਾ ਮੈਂ ਜਿਹੜੇ ਮੁੰਦਰੇ ਵੇਖੇ ਨੇ ਉਹਨਾਂ ਨੂੰ ਵੇਖ ਕੇ ਸ਼ੰਕਾ ਹੋ ਗਈ ਵੀ ਇੰਨੇ ਮੁੰਦਰੇ ਰਾਮ ਜੀ ਦੇ ਤੇਰੇ ਪਾਸ ਨੇ। ਉਹ ਕਹਿੰਦੀ ਹਾਂ ਇਹ ਸਾਰੇ ਮੁੰਦਰੇ ਰਾਮ ਜੀ ਦੇ ਹੀ ਹਨ, ਫਿਰ ਸ਼ੰਕਾ ਹੋਣੀ ਹੀ ਹੈ ਮਨ ਦੇ ਵਿੱਚ ਵੀ ਇੰਨੇ ਮੁੰਦਰੇ ਕਿਵੇਂ ਆ ਗਏ। ਕਹਿਣ ਲੱਗੀ ਤੈਨੂੰ ਇੰਨਾ ਨਹੀਂ ਪਤਾ, ਇਹ ਜਿੰਨੇ ਮੁੰਦਰੇ ਨੇ ਸਾਰੇ ਤੇਰੇ ਹੱਥੀਂ ਇੱਥੇ ਆਏ ਆ, ਤੂੰ ਹੀ ਲੈ ਕੇ ਆਇਆ ਇੱਥੇ, ਇਹ ਸਾਰੇ ਮੁੰਦਰੇ ਤੇਰੇ ਹੱਥੀਂ ਆਏ ਨੇ। ਉਹ ਕਹਿਣ ਲੱਗਿਆ ਮਾਤਾ ਇਹ ਕਿਵੇਂ ਹੋ ਸਕਦਾ, ਮੈਂ ਤਾਂ ਪਹਿਲੀ ਦਫ਼ਾ ਆਪ ਜੀ ਦੇ ਪਾਸ ਆਇਆ ਹਾਂ। ਕਿਉਂਕਿ ਸਾਧ ਸੰਗਤ ਗੱਲ ਇਹ ਹੈ, ਜਦੋਂ ਜੀਵ ਸੰਸਾਰ ਦੇ ਵਿੱਚ ਜਨਮ ਲੈਂਦਾ ਹੈ ਨਾ, ਇਹਨੂੰ ਆਪਣਾ ਪਿਛਲਾ ਜਨਮ ਸਾਰਾ ਭੁੱਲ ਜਾਂਦਾ ਹੈ। ਕੋਈ ਕੋਈ ਹੈ, ਕੋਈ ਲੱਖਾਂ ਦੇ ਵਿੱਚੋਂ ਇੱਕ ਅੱਧਾ ਹੁੰਦਾ ਹੈ ਜਿਹਨੂੰ ਪਿਛਲਾ ਜਨਮ ਕੋਈ ਯਾਦ ਹੋਵੇ। ਬਹੁਤ ਸਾਰੇ ਐਸੇ ਬੱਚੇ ਜਿਹੜਾ ਪਿਛਲਾ ਜਨਮ ਦੱਸ ਦਿੰਦੇ ਆਪਣਾ, ਪਰ ਲੱਖਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਹੈ। ਵਰਨਾ ਸਭ ਨੂੰ ਇਹ ਮਾਇਆ ਹੈ ਸੰਸਾਰ ਦੀ। ਜਦੋਂ ਸੰਸਾਰ ਦੇ ਵਿੱਚ ਜੀਵ ਜਨਮ ਲੈਂਦਾ ਹੈ, ਇਹਨੂੰ ਪਿਛਲਾ ਆਪਣਾ ਜਨਮ ਸਾਰਾ ਕੁਝ ਭੁੱਲ ਜਾਂਦਾ ਹੈ, ਇਹ ਮਾਇਆ ਹੈ।
माया कारण ही सारा कुछ है। माया पै जाती है संसार दे विच आके ते कह लगे माता ये किवें हो सकता। कहिंदी हाँ ये तेरे हथीं गए ने। शंका तो फिर होनी ही सी, आ फड़ रस्त लै जा अपने मुर्शिद नूं गुरु नूं पुछना कर। राम जी नूं पुछ ली सारा कुछ जाके, क्योंकि साध संगत पता नहीं किन्ने समय तो यह जीव चलिया आ रहा है। आ चार युगों की चौंकी तो आप सुनते हाँ ना, सतयुग त्रेता द्वापर ते कलयुग इदा ही, पता नहीं किन्ने युग चौंकड़ियाँ लंघ गई हैं। इस सृष्टि के जीव आते ने चले जाते ने आते ने चले जाते ने, यह कोई गिनती मिनती नहीं करी जाती। आप पता नहीं किन्नी दफा इस संसार में आए हैं, पर आपां नूं पिछला जिहड़ा जीवन है जन्म है भुल चुका है। तो इदा ही ये संसार जिहड़ा है चलिया आ रहा है। तो कह लगी जाके तू राम जी तो पुछ लई भी ये जिहड़ा है तू इन्नी दफा ही इत्थे संसार विच आउणा कीता। राम जी आए ने, ये कोई युद्ध पहला नहीं है राम जी का, ये तो वार वार युद्ध हो रहा है। चार युगों की चौंकड़ी तो बाद जदों त्रेता आता है ये राम जी का युद्ध उन्होंने आंदा ही आ रहा है। इन्नी दफा ही तो मेरे इतों रस्त लैके गया है। इदा ही सारस संसार की प्रकृति प्रक्रिया इदा द ही है। तो एक संसार विच जीव आते ने एक चले जाते ने आते ने चले जाते ने, यह तो आना जाना एक खेल बनाया परमेसर ने। तो साध संगत जीव आता है संसार विच अपने जीवन दे विच जो भी कार्य विहार है जिस तरह का भी उसका दुनियावी सिस्टम है उन्हों वरत के बरता के इतों चलिया जाता है। इसे वार वार ही जीव नूं आउणा पैंदा है। तो साध संगत सतगुरु पातशाह महाराज बाणी अंदर इउं बचन करते हैं, रहन पावे जी सुर नर देवा, रहन पावे जी सुर नर देवा, कोई रहन पावे जी सुर नर देवा, सुर नर देवा, रहन पावे जी सुर नर देवा, कोई रहन पावे जी सुर नर देवा, सुर नर देवा, कोई रहन पावे जी सुर नर देवा, सुर नर देवा, रहन पावे जी सुर नर देवा, सुर नर देवा, कोई रहन पावे जी सुर नर देवा, सुर नर देवा,
सारे घर मन जान सेवा सारे घर मन जान सेवा सारे घर मन जान सेवा ये वचन हनुमान जी ने सोना किया रस लई वापस चलिया गया पर मन दे विच ये शंका बड़ी पैदा हो गई। जाके रस रखी राम जी के चरणों में नमस्कार की पर सार संगत माता नूं पुछ लेना सी कहिंदे पुछिया है उन्हें तुहाडे वल इशारा किया भी उन्हां नूं पुछ लिओ ते थोड़ा जिहा मैनूं समझा दिता भी तू इत्थे इन्नी दफा आ चुका है ते इन्नी दफा ही तू साडे कोलों रस लैके गया सारे मुंदरे तेरे हत्थी आए ने कोई तेरा भी अज दा रिश्ता नहीं उन्हां दे नाल संबंध तेरा बड़ा पुराना है। राम जी कहिंदे ठीक ये सारे मुंदरे जिहड़े ने अपने ही हन तुसीं ही लैके गए हो हनुमान जी। कहिंदे महाराज फिर ये पिछला मैनूं क्यों नहीं समझ पैंदे कहिंदे यही तां परमेश्वर दी माया है वो नहीं समझ सकता जीव पर यह इदा ही है जीव नूं संसार ते वार वार आना पैंदा है अपना कोई पहला रिश्ता नहीं ये बहुत पुराना संबंध है। इस तरह ही आप जीवां दे भी संबंध बड़े पुराने रिश्ते ने कोई पता नहीं किन्ने क समय तो चले आ रहे ने कोई धी बन के कोई पुत बन के कोई होर रिश्तेदार जिवें भी संबंध बनते आ रहे ने यह भी कोई बड़ा लम्मा चौड़ा सिलसिला है परमेश्वर का बनाए कोई ऐसी विधना है जीव यूं तुरिया आ रहा है उहदे हुक्म विच आउंदा ते हुक्म विच चलिया जाता है। कदे महाराज ने वचन किया हुक्मे अंदर सब को बाहर हुक्म ना कोई नानक हुक्म जे कुछ है तां हमें कहे ना कोई उहदे हुक्म नूं कोई बिरला पुजदा है पर बाकी उहदे हुक्म विच सारा कुछ हो रहा है। यूं करके इस संसार दे विच जो भी आया है हर एक ने चले जरूर जाना है साध सबदा वास्ते उहदा हुक्म है सुनेहा है महाराज वचन गुरबाणी अंदर करदे हन आओ पढ़ो सारे प्यार दे नाल I'm gonna go to the bathroom.
ਅਰਦਾਸ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਪ੍ਰਥਮ ਪਦੌਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਸ਼ਰੰਗ ਤੇ ਅਰਦਾਸ ਰਾਮਦਾਸੀ ਹੋ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਆ ਜਿਹ ਨਿੱਠੇ ਸਭ ਦੁੱਖ ਜਾਹੇ ਤੇਗ ਬਹਾਦਰ ਸਿਮਰਿਆ ਕਰਨਾਉਣ ਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਜਿਨ੍ਹਾਂ ਸਿੰਘਾਂ ਸੁਣਨੀਆਂ ਨੇ ਪਰਮ ਹੇਤ ਸ੍ਰੀ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਨੂੰ ਹੰਝਾਂ ਕਰਕਰੀਆਂ ਤੋਂ ਚੜੇ ਕਾਨਾਰਾਂ ਨਾਲ ਕਰਵਾਏ ਗਏ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀ ਕੀਤੇ ਧਰਮਨੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਾਂ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਵਿੱਚ ਤਵਨ ਕਾ ਸਤਕਾਰ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਾ ਰਿਆਇਤ ਦੇਖ ਦੇਖ ਫਤਿਹ ਮ੍ਰਿਤ ਕੀ ਪੈਜ ਪਾਨਕ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਜਨ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਗੁੰਗੈ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲਣਾ ਜੀ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੰਥ ਦਾ ਰਾਖਾ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਸ ਨੂੰ ਗੁਰਦੁਆਰਿਆਂ ਗੁਰਧਾਮਾਂ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਸੰਗਤ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣ ਦੇ ਤਾਣ ਸਤਿਗੁਰੂ ਦੇਵਤਾਂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਤਮ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚਰਣਾ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਹਨ ਜਿਹਾ ਚੀਜ਼ੀ ਲਿਖਿਆ ਤੇਹਾ ਹੁਕਮ ਕਮਾਹੀ ਕੱਲਾ ਆਵੇ ਨਾਨਕਾ ਸਤਿ ਜਾਹਿਦ ਆਪ ਦੇ ਮਹਾਂਵਾਕ ਅਨੁਸਾਰ ਮਾਤਾ ਜੀ ਮਾਤਾ ਰਾਜਵਿੰਦਰ ਕੌਰ ਜੀ ਧਾਲੀਵਾਲ ਜਿੰਨੀ ਮਹਾਰਾਜ ਆਪ ਜੀ ਨੇ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਪੂਰਾ ਕਰਦਿਆਂ ਹੋਇਆ ਕਈ ਰੋਜ਼ ਪਹਿਲਾਂ ਆਪ ਜੀ ਦੇ ਚਰਣਾਂ ਵਿੱਚ ਜਾਵ ਰਹੇ ਹਨ ਸਮੂਹ ਪਰਿਵਾਰ ਨੇ ਸੱਚੇ ਪਾਤਸ਼ਾਹ ਜੀ ਸਮੂਹ ਬੱਚਿਆਂ ਨੇ ਮਹਾਰਾਜ ਰਲ ਮਿਲ ਕਰਕੇ ਆਪ ਜੀ ਨੇ ਮਿੱਠਾ ਪਾਉਣਾ ਮੰਗਿਆ ਹੋਇਆ ਵਿਛੜੀ ਆਪ ਮੰਨ ਵਿੱਚ ਆਪਣੇ ਗ੍ਰਹਿ ਵਿਖੇ ਆਪ ਜੀ ਦੀ ਦਰਗਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਪਰਾ ਆਰੰਭ ਕਰਵਾਏ ਸਨ ਮਹਾਰਾਜ ਪਾਠੀ ਸਿੰਘਾਂ ਨੇ ਬਾਣੀ ਪੜ੍ਹੀ ਹੈ ਸਮੂਹ ਪਰਿਵਾਰ ਨੇ ਸੇਵਾ ਕੀਤੀ ਹੈ ਕੀਤੀ ਗਈ ਸੇਵਾ ਪੜ੍ਹੀ ਗਈ ਗੁਰਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਮਹਾਰਾਜ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ ਸੱਚੇ ਪਾਤਸ਼ਾਹ ਕਿਰਪਾ ਕਰੋ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਆਵਾਗਾਉਣਾਂ ਦੇ ਚੱਕਰਾਂ ਤੋਂ ਬਚਾਅ ਕਰਕੇ ਰੱਖਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਬੱਚਿਆਂ ਦੇ ਸਿਰ ਤੇ ਮਿਹਰਾਂ ਭਰੇ ਹੱਥ ਰੱਖਣਾ ਮਹਾਰਾਜ ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ਣਾ ਬੁਰਿਆਂ ਭਲਿਆਂ ਤੇਰਿਆਂ ਸ਼ਰਨ ਪਿਆਂ ਦੀ ਲਾਜ ਰੱਖਣਾ ਬਿਰਧਵਾਨ ਦੀ ਲਾਜ ਰੱਖਣਾ ਮਹਾਰਾਜ ਇਸ ਵਕਤ ਖੁੱਲ੍ਹੇ ਪੰਡਾਲਾਂ ਵਿੱਚ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਇਸ ਵਕਤ ਆਪ ਜੀ ਨੇ ਹਜ਼ੂਰੀ ਅੰਦਰ ਰਲ ਮਿਲ ਕਰਕੇ ਬੈਰਾਗਮਈ ਕੀਰਤਨ ਹੋਏ ਹਨ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਵਕਤ ਦੀ ਹਾਜ਼ਰੀ ਪ੍ਰਵਾਨ ਕਰੋ ਜੀ ਆਈਆਂ ਸੰਗਤਾਂ ਦਾ ਚਲਿਆ ਹੋਇਆ ਕਦਮ ਕਦਮ ਲਿਖ ਵਿੱਚ ਲਾਓ ਤਲਫ ਲਪੇਟਾ ਪ੍ਰਵਾਨ ਕਰੋ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਹਿਸਾ ਕੇ ਪਹਿਨਾਏ ਗਏ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰ ਲੋਕ ਪੜ੍ਹਦੇ ਕੱਜਣੇ ਮਹਾਰਾਜ ਛੇ ਪੌੜੀਆਂ ਅਨੰਦ ਸਾਹਿਬ ਦੀ ਅਰਦਾਸ ਪੁੰਜਕ ਮਾਫ ਆਪ ਜੀ ਨੇ ਹਜ਼ੂਰੀ ਅੰਦਰ ਪੰਚਮ ਸ੍ਰੀ ਕੜਾਹ ਪ੍ਰਸਾਦੀ ਦੇ ਸਦ ਕੇ ਹਾਜ਼ਰ ਹੈ ਦਰ ਪ੍ਰਵਾਨ ਕਰੋ ਜੀ ਭੋਗ ਲਾਵੋ ਆਪ ਜੀਆਂ ਦਾ ਸੀਤ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਾ ਹੋਵੇ ਜੋ ਵੀ ਸਕੇ ਆਪ ਜੀ ਦਾ ਨਾਮ ਵਾਹਿਗੁਰੂ 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 ਜਪੇ ਜੀ ਦਰਗਾਹੀ ਹੁਕਮਨਾਮਾ ਸਾਹਿਬ ਬਖਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮੇਲਿਆਂ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਦੋਹਰਾ ਆ ਗਿਆ ਪਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇ ਬੰਦੇ ਵਾਹਿਗੁਰੂ ਜੋ ਸਰਦਾ ਕਰ ਸੇ ਬੰਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਨੌਵਾਂ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ ਬਾਹਰ ਪਿੱਤਰ ਕੋ ਜਾਣੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨੇ ਆਪਾ ਕੀ ਨਾ ਮਿਟੈ ਨਾ ਪ੍ਰਭ ਕੀ ਕਾਈ ਜਨ ਨਾਨਕ ਬਿਨੇ ਆਪਾ ਕੀ ਨਾ ਮਿਟੈ ਨਾ ਪ੍ਰਭ ਕੀ ਕਾਈ ਵਾਹਿਗੁਰੂ ਜੀ ਕਾ ਖਾਲਸਾ ਸਾਰੀਆਂ ਹੀ ਸੰਗਤਾਂ ਦਾ ਸਰਪੰਚ ਸਾਹਿਬ ਵੱਲੋਂ ਸਮੂਹ ਪਰਿਵਾਰ ਵੱਲੋਂ ਸਮੂਹ ਰਿਸ਼ਤੇਦਾਰਾਂ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਸੋ ਬੇਨਤੀ ਆ ਅੱਜ ਆਪਾਂ ਸਤਿਗੁਰੂ ਦਾ ਭਾਣਾ ਮੰਨਦੇ ਹੋਏ ਸਤਿਕਾਰਯੋਗ ਬੀਬੀ ਰਾਜਵਿੰਦਰ ਕੌਰ ਜੀ ਜਿਹੜੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਵਿੱਚ ਇਕੱਤਰ ਹੋਇਆ ਸਤਿਕਾਰਯੋਗ ਮਹਾਂਪੁਰਸ਼ਾਂ ਵੱਲੋਂ ਵਿਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਗੁਰਬਾਣੀ ਦੇ ਸ਼ਬਦ ਪੜ੍ਹੇ ਗਏ ਅਤੇ ਉਪਰੰਤ ਅਰਦਾਸ ਕੀਤੀ ਗਈ ਹੈ ਅਬ ਕੀ ਵਾਰ ਬਖਸ਼ ਬੰਦੇ ਕੋ ਬਾਹਰ ਨਾ ਭਵਜਲ ਫੇਰਾ ਅਤੇ ਹੁਣ ਇਲਾਕੇ ਭਰ ਦੀਆਂ ਨਾਮਵਰ ਸ਼ਖਸੀਅਤਾਂ ਵੱਲੋਂ ਇਸ ਪਰਿਵਾਰ ਦੇ ਨਾਲ ਕਿਉਂਕਿ ਇਹ ਜਿਹੜਾ ਪਰਿਵਾਰ ਹੈ ਇਹ ਇਲਾਕੇ ਦੇ ਵਿੱਚ ਬਹੁਤ ਸੇਵਾਦਾਰ ਵਜੋਂ ਇਹ ਪਰਿਵਾਰ ਜਾਣਿਆ ਜਾਂਦਾ ਸਤਿਕਾਰਯੋਗ ਸਵਰਗ ਵਾਸੀ ਸਰਦਾਰ ਕਰਮਜੀਤ ਸਿੰਘ ਜੀ ਅਤੇ ਇਹਨਾਂ ਦੇ ਸਪੁੱਤਰ ਸਰਪੰਚ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਧਾਲੀਵਾਲ ਸਰਦਾਰ ਬਲਪ੍ਰੀਤ ਸਿੰਘ ਜੀ ਧਾਲੀਵਾਲ ਜਿਨ੍ਹਾਂ ਦੇ ਸਤਿਕਾਰਯੋਗ ਮਾਤਾ ਰਾਜਵਿੰਦਰ ਕੌਰ ਜੀ ਉਹਨਾਂ ਦੀ ਆਪਾਂ ਅੰਤਮ ਅਰਦਾਸ ਵਿੱਚ ਜੁੜੇ ਹਾਂ ਸਭ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਬਹੁਤ ਛੋਟੀ ਉਮਰੇ ਪਰਿਵਾਰ ਦੇ ਵਿੱਚੋਂ ਸਰਦਾਰਨੀ ਰਾਜਵਿੰਦਰ ਕੌਰ ਜੀ ਦਾ ਜਾਣਾ ਜਿੱਥੇ ਇਸ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਉੱਥੇ ਸਤਿਕਾਰਯੋਗ ਸਰਦਾਰ ਭੁਪਿੰਦਰ ਸਿੰਘ ਜੀ ਬਾਲਪੁਰ
जिथे सरदार अशदीप सिंह जी उन्होंने नानके ने वह परिवार भी इस दुख के सदमे न झंझोड़िया गया तो आप सारी अज गुरु साहब के चरणों में जुड़े हाँ। मैं आप ज़्यादा ना बोलता होया क्योंकि बहुत सारे सज्जणा ने परिवार ना दुख साझा करना और कई करके गए ने जिन्हों के श्रोमणी अकाली दल वालों राजू खन्ना जी वो परिवार ना दुख साझा करके गए ने और शाहकाल इलेक्शन विजी होने करके भोग दिया अंतम अरदास शामिल नहीं हो सके। इस हलका अमलोह के एम एल ए साहब काका रणदीप सिंह जी नाभा उन्होंने वालों भी संदेश आया और दुख साझा करते हैं क्योंकि शाहकोट इलेक्शन करके वह भी उत्थे बिजी ने। पंजाब गौरमेंट के मंत्री सरदार साधु सिंह जी धर्मसोत उन्होंने वालों भी परिवार ना दुख साझा किया गया और इस परिवार के नाल दुख साझा करने लिए साढ़े विच भारतीय किसान यूनियन के प्रधान सरदार नेत्र सिंह जी नागरा साहब वह भी पुजे ने। सो मैं आप जी के पाँच सत्त मिनट होर लेने ने उस तो बाद आप सारे ने गुरु का लंगर भी छकना और देगा भी प्राप्त करनिया ने। हुण मैं बेनती करूँगा सरदार नेत्र सिंह जी नागरा भारतीय किसान यूनियन के प्रधान ने और इस परिवार के नाल उन्हां दा बड़ा प्यार आ वो दो तीन मिनट लई चार शब्द बोलणगे तो मैं इन्हां तो बाद सिर्फ दो तीन मिनट लई बेनती करूँगा। सरदार रणवीर सिंह जी बटला साहब वह भी पुजे ने सो आप दस मिनट होर इस तरह गुरु साहब की हजूरी में उड़ के बैठना उपरंत आप गुरु साहब तो देह प्राप्त करके फिर गुरु के लंगर छकेंगे। सरदार नेत्र सिंह जी नागरा प्रधान भारतीय किसान यूनियन पंजाब। अज आप बड़े वे दुख की घड़ी के शामिल हो जड़ा दुख झलना भी बड़ा औखा बहुत कुछ रपालो साहब ने दस ही दिता इस परिवार बारे कि परिवार बड़ा बड़ा कुरबानी वाला परिवार है कि मैं बहुता कुछ ना कह तो सब कुछ ही रपालो साहब ने इस परिवार बारे दसिया। मैं बेनती करूँगा भी महापुरखा ने अपन कसर नहीं छी समझाने की तो बहुत अच्छा मिठे शब्दों अपन समझाया। सच्चे पातशाह कहिंदे आ जिस पखर को लैण तू माया राम नाम संतन घर पाया ये महापुरखों को राम नाम की दात मिलती है तो उन्होंने अपन समझाने की गुरु साहब के नाल जोड़न की बड़ी कोशिश की आ। बहुता समा गर्मी भी हैगी समा भी काफ़ी हो चुकिया तो बुलारे होर भी काफ़ी बैठे आ तो मैं कहूँगा भी जिहड़ा अज घाटा पिया ये परिवार को ही नहीं ये साड़ी जथेबंदी को भी बहुत बड़ा घाटा पिया क्योंकि सरपंच साहब साढ़े ना 41 दिन खन्ने बैठे रहे ने खन्ने जिला बनाने खातर इस करके ये कोई कोई बंदा ही हैगा इदा पिंडा चो शहरां चो पंजाब चो जिहड़ा लोगों वास्ते कुछ करे तो रपालो साहब भी बदला साहब भी इत्थे काफ़ी वर्कर आए ने जिन्हां ने उस जिला बनाउण दे विच मुहिम दे विच बहुत काम करिया। इस करके मैं बेनती करूँगा भी हुणे हुणे बाबा जी कह रहे सी ते ए जो दुनिया दे विच बंदा आउंदा ये सुखना हैगा ये वाकई सुखना ये सुखने दे विच ते आपां नूं जे आपां सोच लीए भी ये जिंदगी की है ये सुखना है ते भजन भी होई जांदा अते जदों परमात्मा जां जे मड़ियां नूं याद रखीए जिथे बीबी होणी गए ने उत्थे आपां ने जाणा फिर भी जरूर भजन हो ही जांदा। इस करके मैं बेनती करूँगा सारिया संगतां नूं बहुता समा आए ने होर बुलारे बड़ा साहब काफ़ी बैठे आ ते मैं बीबियां नूं भी बेनती करूँगा भी हर वक्त आपां नूं परमात्मा अल्लाह वाहगुरू नूं याद रखना चाहीदा। सच्चे पातशाह कहिंदे आ और काज तेरे किसे ना काम मिल साध संगत भज केवल ना रब दे नाम ते बिना सब तू ये इत्थे ये धन्यवाद करता होया ते सरपंच साहब ने जिहड़े 41 दिन साडे नाल लाए ने वो भुलने वाले नहीं हैगे खन्ने नूं जिला बनाउण खातर ये बड़ी वड्डी कुरबानी आ। सच्चे पातशाह मेहर करे इस परिवार ते भाणा मन्नण दी शक्ति देवे सच्चे पातशाह कृपा करी इस परिवार आखरी च फिर मैं फतेह बुलाउंदा होया माफ़ी मंगदा वाहेगुरू जी का खालसा वाहेगुरू जी की। ये सन सरदार नेत्र सिंह जी नागरा प्रधान भारतीय किसान यूनियन
ਸੋ ਹੁਣ ਮੈਂ ਬੇਨਤੀ ਕਰੂੰਗਾ ਦੋ ਚਾਰ ਸ਼ਬਦ ਬੋਲਣਗੇ ਸਰਦਾਰ ਰਣਜੀਤ ਸਿੰਘ ਜੀ ਬੱਡਲਾ। ਇੱਥੇ ਪਹੁੰਚੇ ਨੇ ਸਰਦਾਰ ਹਰਨੇਕ ਸਿੰਘ ਜੀ ਖੰਨਾ ਜਿਹੜੇ ਆਲ ਇੰਡੀਆ ਮਜ਼ਦੂਰ ਯੂਨੀਅਨ ਦੇ ਪੰਜਾਬ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਕੀ ਗੋਦ ਬਹੁਤ ਹੀ ਦੁੱਖ ਦੀ ਘੜੀ ਬੈਠੇ ਗੁਰੂ ਸਾਹਿਬ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸੋ ਬਿਨ ਸਹਿ ਪਰੋ ਆਜ ਕੇ ਕਾਂ ਗੁਰਬਾਣੀ ਦਾ ਕਥਨ ਦਾ ਨਵੇਂ ਪਾਤਸ਼ਾਹ ਕਹਿੰਦੇ ਕਿ ਜੋ ਆਇਆ ਉਹਨੇ ਜਾਣਾ ਜੇ ਆਪਣੀ ਬਾਰੀਆਂ ਚਲ ਜਾ ਉਹ ਦੁੱਖ ਨਹੀਂ ਲੱਗਦਾ। ਸਤਿਕਾਰਯੋਗ ਭੈਣ ਜੀ ਧਾਰੀਵਾਲ ਸਾਹਿਬ ਸਮੇਂ ਤੋਂ ਪਹਿਲਾਂ ਚਲੇ ਗਏ ਨੇ, ਜ਼ਿੰਮੇਵਾਰੀਆਂ ਭਾਵੇਂ ਨਿਭ ਗਈਆਂ ਨੇ, ਉਮਰ ਨਹੀਂ ਸੀ ਜਾਣ ਦੀ, ਕਿਉਂਕਿ ਸਮਾਜ ਸਾਹਿਬ ਜੋ ਸਾਡੇ ਮਿੱਤਰ ਨੇ ਬੱਚਿਆਂ ਵਰਗੇ ਨੇ ਔਰ ਇੰਨੀ ਗਰੀਬਾਂ ਦੀ ਮਦਦ ਕਰਦੇ ਨੇ, ਜਿਵੇਂ ਦੱਸਦੇ ਸੀ ਨਗਰਾ ਸਾਹਿਬ ਸਾਡੇ ਨਾਲ ਜਦੋਂ ਕੰਮ ਕਰਦੇ ਨੇ ਜਿੱਥੇ ਕਿਤੇ ਲੋੜ ਪੈਂਦੀ ਹਰ ਸਮੇਂ ਤਿਆਰ ਰਹਿੰਦੇ ਨੇ। ਅੱਜ ਇਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਕੇ ਕਿ ਭੈਣ ਜੀ ਘਰੋਂ ਚਲੇ ਗਏ ਨੇ, ਬੱਚਿਆਂ ਦੀ ਪੜ੍ਹਾਈ ਲਿਖਾਈ, ਕਿਸੇ ਆਉਣਾ ਜਾਣਾ ਰਿਸ਼ਤੇਦਾਰੀ 'ਚ ਆਉਣਾ ਜਾਣਾ, ਜਿਹੜੀਆਂ ਜ਼ਿੰਮੇਵਾਰੀਆਂ ਭੈਣ ਜੀ ਜਿੰਦਰ ਤੋਂ ਨਿਭਾ ਰਹੇ ਸੀ ਅੱਜ ਇਹਨਾਂ ਨਿਭਾਉਣੀਆਂ ਪੈ ਗਈਆਂ। ਸੋ ਮਹਾਰਾਜ ਕੇ ਬੇਨਤੀ ਕਰਾਂਗੇ ਸੱਚੇ ਪਾਤਸ਼ਾਹ ਇਸ ਪਰਿਵਾਰ ਦੇ ਜਿਵੇਂ ਪਹਿਲਾਂ ਨੇ ਪਿਤਾ ਜੀ ਚਲੇ ਗਏ, ਅੱਜ ਮਾਤਾ ਜੀ ਚਲੇ ਗਏ, ਦੋਨੇ ਭਰਾਵਾਂ 'ਤੇ ਬੜੀ ਜ਼ਿੰਮੇਵਾਰੀ ਪੈ ਗਈ ਹੈ, ਜਿੱਥੇ ਜਾਣਾ ਆਉਣਾ ਕੋਈ ਸਾਹਮਣੇ ਨੇ ਜਥੇਬੰਦੀ 'ਚ ਕੰਮ ਕਰਨਾ। ਅਰਦਾਸ ਕੇ ਸੱਚੇ ਪਾਤਸ਼ਾਹ ਪਰਿਵਾਰ 'ਤੇ ਮਿਹਰ ਪ੍ਰਿਆਤ ਰੱਖੀ, ਅੱਗੇ 'ਤੇ ਕੋਈ ਬਿਰਤਾ ਦੀ ਘੜੀ ਨਾ ਆਵੇ, ਚੜ੍ਹਦੀ ਗਲਾ 'ਚ ਰਹਿਣ, ਇਹ ਜਿਹੜਾ ਦੁੱਖ ਪਿਆ ਇਹਨੂੰ ਕੱਟਣ ਦਾ 'ਚ ਬਲ ਬਖਸ਼ੀ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿੰਨੀਆਂ ਵੀ ਦੁੱਖ ਦੀ ਘੜੀ ਸਰਪੰਚ ਸਾਹਿਬ ਦੇ ਨਾਲ ਆਈਆਂ ਨੇ, ਕਿਉਂਕਿ ਸੰਗਤਾਂ ਦੇ ਆਉਣ ਦੇ ਨਾਲ ਪਿਆਰ ਵੱਧ ਜਾਂਦਾ ਅਤੇ ਦੁੱਖ ਘੱਟ ਜਾਂਦਾ। ਅੱਜ ਦੋ ਘੜੀ ਜਿਸ ਆਪਾਂ ਇਹਦੇ ਨਾਲ ਬੈਠੇ ਹਾਂ, ਸਰਪੰਚ ਸਾਹਿਬ ਨੂੰ ਅਤੇ ਇਹਨਾਂ ਦੇ ਭਰਾ ਨੂੰ ਹੌਸਲਾ ਹੈ, ਇੱਦਾਂ ਹੀ ਵਾਹਿਗੁਰੂ ਕਿਰਪਾ ਕਰੇ ਕਿ ਪਰਿਵਾਰ 'ਤੇ ਮਿਹਰ ਪ੍ਰਿਆਤ ਰੱਖੇ। ਸਾਰਿਆਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਸਤਿਕਾਰਯੋਗ ਭੈਣ ਰਾਜਵਿੰਦਰ ਕੌਰ ਜੀ, ਉਹਨਾਂ ਦੀ ਅੰਤਮ ਅਰਦਾਸ ਵਿੱਚ ਜੁੜੇ ਹਾਂ, ਜਿਹੜੇ ਛੋਟੀ ਉਮਰੇ ਸਦੀਵੀ ਵਿਛੋੜਾ ਦੇ ਗਏ ਨੇ। 50-55 ਸਾਲ ਦੀ ਉਮਰ ਬਹੁਤ ਜ਼ਿਆਦਾ ਨਹੀਂ ਹੁੰਦੀ, ਪਰ ਫਿਰ ਵੀ ਗੁਰੂ ਸਾਹਿਬ ਦੇ ਆ ਜੋ ਭਾਣਾ ਉਹ ਆਪਾਂ ਨੂੰ ਮੰਨਣਾ ਪੈਣਾ। ਸੋ ਪ੍ਰੈਸ ਵਾਲੇ ਵੀਰ ਅਮਲੋਹ ਤੋਂ ਆਏ ਨੇ ਔਰ ਫਸਟਵੇ TV ਤੋਂ ਆਏ ਨੇ, ਇਹਨਾਂ ਦਾ ਵੀ ਧੰਨਵਾਦ। ਹੁਣ ਇੱਕ ਵਾਰ ਫਿਰ ਬੇਨਤੀ ਆ ਪਰਿਵਾਰ ਵੱਲੋਂ, ਭਾਈ ਆਪਾਂ ਲੰਗਰ ਛੱਕ ਕੇ ਜਾਣਾ ਔਰ ਪਰਿਵਾਰ ਵੱਲੋਂ ਇਸ ਸਮੇਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਗੁਰਦੁਆਰਾ ਸਾਹਿਬ ਨਗਰ ਹਿੰਮਤਗੜ੍ਹ ਲਈ 5100 ਰੁਪਈਆ ਸੇਵਾ ਕਰਵਾਈ ਗਈ ਆ। ਔਰ ਇਸੇ ਨਗਰ ਦੇ ਵਿੱਚ ਜਿਹੜਾ ਝੇਰੇ ਵਾਲਾ ਸ਼ਹੀਦਾਂ ਦਾ ਸਥਾਨ ਹੈ, ਉਸ ਲਈ 3100 ਰੁਪਈਆ ਪਰਿਵਾਰ ਵੱਲੋਂ ਆਪਣੀ ਇਸ ਸਤਿਕਾਰਯੋਗ ਮਾਤਾ ਜੀ ਦੇ ਨਿਮਿਤ ਅਰਦਾਸ ਕੀਤੀ ਗਈ ਹੈ। ਇਸੇ ਤਰ੍ਹਾਂ ਪਿੰਡ ਫਰਜ਼ੁੱਲਾਪੁਰ ਜਿਹੜੀ ਮਸੀਤ ਆ, ਉਹਦੇ ਲਈ ਵੀ ਪਰਿਵਾਰ ਵੱਲੋਂ ਸੇਵਾ ਨਿਭਾਈ ਗਈ ਹੈ, ਅਤੇ ਜਿਸ ਗੁਰਦੁਆਰਾ ਸਾਹਿਬ 'ਚੋਂ ਬਾਬਾ ਜੀ ਕੀਰਤਨ ਕਰਕੇ ਗਏ ਨੇ, ਉਸ ਡੇਰੇ ਲਈ ਵੀ ਸੇਵਾ ਭੇਟਾ ਕੀਤੀ ਗਈ ਆ। ਔਰ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਪਰਿਵਾਰ ਨੂੰ ਭਾਣਾ ਮੰਨਣ ਔਰ ਬਾਣੀ ਦੇ ਨਾਲ ਜੁੜਨ ਦਾ ਬਲ ਬਖਸ਼ਣ। ਇੱਕ ਵਾਰ ਫਿਰ ਹਿੰਮਤਗੜ੍ਹ ਪਰਿਵਾਰ ਵੱਲੋਂ, ਸਰਪੰਚ ਅਰਸ਼ਦੀਪ ਸਿੰਘ ਜੀ ਧਾਲੀਵਾਲ ਵੱਲੋਂ, ਸਰਦਾਰ ਬਲਪ੍ਰੀਤ ਸਿੰਘ ਜੀ ਧਾਲੀਵਾਲ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ। ਆਪਾਂ ਹੁਣ ਦੇਗ ਵਰਤੇਗੀ ਗੁਰੂ ਕੀ, ਉਪਰੰਤ ਲੰਗਰ ਛਕਾਂਗੇ, ਚਾਹ ਕੇ ਲੰਗਰ ਤਿਆਰ ਨੇ, ਆਪਾਂ ਸਾਰਿਆਂ ਨੇ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਪ੍ਰੀਤ ਸਿੰਘ ਧਾਲੀਵਾਲ ਅਤੇ ਅੱਜ ਅਸੀਂ ਮੇਰੀ ਮਾਤਾ ਜੀ ਦੇ ਅੰਤਿਮ ਅਰਦਾਸ ਦਾ ਭੋਗ ਪਾ ਰਹੇ ਹਾਂ। ਮੇਰੇ ਮਾਤਾ ਜੀ ਸਰਦਾਰਨੀ ਰਾਜਵਿੰਦਰ ਕੌਰ ਧਾਲੀਵਾਲ ਅਤੇ ਮੇਰੇ ਪਿਤਾ ਜੀ ਸਵਰਗੀ ਸਰਦਾਰ ਕਰਮਜੀਤ ਸਿੰਘ ਜੀ ਧਾਲੀਵਾਲ ਅਤੇ ਮੇਰਾ ਛੋਟਾ ਭਰਾ ਸਰਪੰਚ ਸਰਦਾਰ ਅਰਸ਼ਦੀਪ ਸਿੰਘ ਧਾਲੀਵਾਲ ਪਿੰਡ ਹਿੰਮਤਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਿਵਾਸੀ ਹਾਂ ਅਤੇ ਅੱਜ ਸਾਡੇ ਘਰ ਅੰਤਿਮ ਅਰਦਾਸ ਦਾ ਜੋ ਅਸੀਂ ਪ੍ਰੋਗਰਾਮ ਹੈਗਾ ਅਤੇ ਸਾਡੇ ਰਿਸ਼ਤੇਦਾਰ ਅਤੇ ਸਮੂਹ ਇਲਾਕਾ ਨਿਵਾਸੀ ਇਸ ਮੁਸ਼ਕਿਲ ਘੜੀ ਵਿੱਚ ਸਾਡੇ ਘਰ ਆਏ ਨੇ, ਅਰਦਾਸ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਸ਼ਾਮਿਲ ਹੋਣ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਮਾਤਾ ਜੀ ਵਾਸਤੇ ਇਹੀ ਕਹੂੰਗਾ ਕਿ ਉਹਨਾਂ ਦਾ ਬੜੀ ਸਿੰਪਲ ਰਹਿਣੀ ਸਹਿਣੀ ਅਤੇ ਇਲਾਕੇ ਦੀ
ਮਹਿਲਾਵਾਂ ਵਾਸਤੇ ਹਮੇਸ਼ਾ ਹੀ ਸੋਚਦੇ ਸੀਗੇ, ਘਰ ਆਏ ਨੂੰ ਕਦੇ ਖਾਲੀ ਹੱਥ ਵਾਪਸ ਨਹੀਂ ਮੋੜਿਆ। ਅਤੇ ਆਪ ਸਾਦਾ ਰਹਿਣਾ, ਸਾਦਾ ਖਾਣਾ ਪੀਣਾ ਸੀ ਉਹਨਾਂ ਦਾ। ਅਤੇ ਇਸ ਤੋਂ ਜ਼ਿਆਦਾ ਮੈਂ ਹੁਣ ਨਹੀਂ ਕਹਿਣਾ ਚਾਹੁੰਦਾ, ਮੈਂ ਇਹੀ ਕਹਿਣਾ ਚਾਹੁੰਦਾ ਕਿ ਮਾਂ ਪਿਓ ਦਾ ਜਿਹੜਾ ਘਾਟਾ ਹੁੰਦਾ ਪੂਰਾ ਹੋ ਨਹੀਂ ਸਕਦਾ, ਫਿਰ ਵੀ ਮਹਾਰਾਜ ਦੇ ਕਹਿਣ ਅਨੁਸਾਰ ਤੇਰਾ ਭਾਣਾ ਮਿੱਠਾ ਲੱਗੇ, ਜੋ ਵੀ ਉਹਨਾਂ ਦੀ ਦਿੱਤੀਆਂ ਹੋਈਆਂ ਸਿੱਖਿਆ ਹੈ ਉਹਨਾਂ ਨੂੰ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ। ਅੱਜ ਪਿੰਡ ਹਿੰਮਤਗੜ੍ਹ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਤਿਕਾਰਯੋਗ ਰਾਜਵਿੰਦਰ ਕੌਰ ਜੀ, ਜਿਹੜੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਧਾਲੀਵਾਲ ਔਰ ਸਰਦਾਰ ਬਲਪ੍ਰੀਤ ਸਿੰਘ ਜੀ ਧਾਲੀਵਾਲ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸੀ, ਅਤੇ ਅੱਜ ਉਹਨਾਂ ਦੇ ਦਿਹਾਂਤ 'ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਲਈ ਔਰ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਅਸੀਂ ਪਹੁੰਚੇ ਹਾਂ। ਅਤੇ ਅੱਜ ਇਲਾਕੇ ਦੀਆਂ ਸਿਆਸੀ, ਗੈਰ ਸਿਆਸੀ, ਧਾਰਮਿਕ ਸ਼ਖਸੀਅਤਾਂ ਪਿੰਡ ਹਿੰਮਤਗੜ੍ਹ ਵਿਖੇ ਸਤਿਕਾਰਯੋਗ ਬੀਬੀ ਰਾਜਵਿੰਦਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਲਈ ਪਹੁੰਚੇ ਹਾਂ। ਅਸੀਂ ਪਰਮਾਤਮਾ ਪਾਸੋਂ ਅਰਦਾਸ ਕਰਦੇ ਹਾਂ, ਸਤਿਗੁਰੂ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਅਤੇ ਪਰਿਵਾਰ ਨੂੰ ਸਰਪੰਚ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਧਾਲੀਵਾਲ ਔਰ ਸਰਦਾਰ ਬਲਪ੍ਰੀਤ ਸਿੰਘ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ।